ਜਦੋਂ ਕਵਰ ਕਛਾਈ ਹੋਈ ਹੋਰ ਰਾਤ ਵਿੱਚ ਸਾਰੀ ਰਾਤ ਪੁੱਤ ਨੀਂਦ ਨਹੀਂ ਆਈ ਸਾਰੀ ਰਾਤ ਦੋਨੇ ਜੀਰਵੰਦੇ ਲਾਇਆ ਆਂਦੇ ਪੈਰ ਸਾਰੀ ਰਾਤ ਰੋਂਦੇ ਰਹਾ ਆਂ ਜਿਵੇਂ ਜਿਵੇਂ ਮੇਰੇ ਤੀਨ ਨਾਲ ਹੋਈ ਨਾ ਮੈਨੂੰ ਭਾਇਆ ਨਹੀਂ ਨੇ ਮੈਂ ਤੁਹ ਪੁੱਛ ਲਾ ਮੇਰੇ ਤੀਦੇ ਕਿਹੜੇ ਕਿਹੜੇ ਸਿਹਤ ਤਕਲੀਫ ਹੋਈ ਮੈਨੂੰ ਸਾਰਾ ਪਤਾ ਮੈਨੂੰ ਕਿ ਇੱਕ 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 ਗੱਲ ਪੁੱਛ ਲਾ ਮੈਨੂੰ ਮੈਨੂੰ ਸਾਰਾ ਹੀ ਪਤਾ ਮੈਨੂੰ ਤੀਰ ਨੂੰ ਕਿੱਥੇ ਕਿੱਥੇ ਤਕਲੀਫ ਹੋਈ ਹੋ ਰਿਹਾ ਸੀ ਤੁਹਾਨੂੰ ਗੁੱਟ ਰਿਆਂ ਤੇ ਦਿਲ ਕੱਢ ਕੇ ਲਾਇਆ ਕਰ ਮੈਂ ਤੀਦੇ ਗੁਰਦਾ ਕੱਢ ਕੇ ਲਾਇਆ ਗਾ ਨੇ ਮੇਰੇ ਤੀਦੇ ਆ ਆਹ ਜ਼ਖਮ ਅਰੇ ਜੱਡੀ ਕਣਕ ਲਗਾਏ ਨੇ ਮੇਰੀ ਤੀ ਆ ਮੈਨੂੰ ਆ ਮੈਨੂੰ ਆ ਦਰਦ ਹੋਏ ਤਖਣਿਆਂ ਤੇ ਵੀ ਆ ਮੈਨੂੰ ਆ ਨਖੁਣਾ ਵੀ ਲੈ ਕੇ ਮੈਨੂੰ 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 ਮੈਂ ਕੋਈ ਅੱਖਾਂ ਨਹੀਂ ਮੈਨੂੰ ਤਕਲੀਫ ਹੋਈ ਹੈ ਮੈਂ ਕਿਹਾ ਮੇਰੀ ਤੀ ਨੂੰ ਆ ਸਿਆਸੀ ਸਜ ਦਰਦਾਂ ਆਉਂੀਆਂ ਨੇ ਇੱਕ ਤਾਂ ਇਹ ਦੁੱਖੜੀ ਪੈਣਤਾ ਯਕੋਣੇ ਦੁੱਖ ਦੇ ਅਜਰੇ ਮੇਰੀ ਤੀ ਨੂੰ ਮਨ ਮੈਂ ਕਵ ਕਛਾਈ ਹੋਈ ਨਾ ਇਹ ਤਾਂ ਬੱਚਾ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਨੂੰ ਕਿੰਨੀਆਂ ਕੋ ਤਕਲੀਫਾਂ ਨੇ ਅਗੇ ਤੱਕ ਮੇਰੇ ਦਰਦ ਨਹੀਂ ਜਾਣਦੀ ਨਾ ਦਰਦ ਜਾਂਦੀ ਐ ਨਾ ਉਹਦਿਆਂ ਦੀ ਨੀਂਦ ਆਦੀ ਐ ਇੱਕ ਮਿੰਟ ਨਹੀਂ ਨਾ ਸਾਰੀ ਰਾਤ ਨਾ ਕਦੇ ਅੱਖਾਂ ਤੇ ਕਪੜਾ ਬੰਨ ਲਾਂ ਕਦੀ ਉੱਠ ਕੇ ਬੈਰਾਂ ਦੀ ਰੂਛੀ ਨਹੀਂ ਪਨ ਲਾ ਪਾਦੇ ਕੁਛ ਨਹੀਂ ਪਨ ਲਾ ਪਾਰੇ ਤਿਸੀ ਉਦੋਂ ਸੋਹਣਾ ਮੇਰਾ ਪੁੱਤ ਲਿਗਾ ਸੀ ਐਵੇਂ ਜਿਵੇਂ ਚੌਦੀ ਮੇਰਾ ਦਾ ਚੰਨ ਹੁੰਦਾ ਮੈਨੂੰ ਤਾਂ ਜ਼ਿੰਦਗੀ ਜਿਦਾ ਦਸਣਾ ਕੋਈ ਨਹੀਂ ਪੁੱਤ ਮੇਰੀ ਧੀ ਮਰ ਗਈ ਮੈਂ ਖਰੇ ਉਹ ਦੁੱਖ ਤਾਂ ਪਾ ਲਵਾ ਮੈਂ ਤੁਹਾਡੇ ਪੁੱਤ ਲਿਗਾ ਦੁੱਖ ਨਹੀਂ ਪਾਇਆ ਜਾਂਦਾ ਅਸੀਂ ਬੜੀਆਂ ਮੰਤਾਂ ਦਾ ਪੁੱਤਰ ਲਿਆ ਸੀ ਬਿਸਮਿਲਲਾ ਰਖਮਤ ਰਹੀ ਮੈਂ ਹਾਰਿਸ ਭੱਟੀ ਖੇਪੜ ਗੋਮੇ ਮੌਜੂਦ ਹਾਂ 4 ਮਾ ਕਬਲ दुल्हा दुल्हन की घर से राशे बरामद होना और पूरे गांव में एकदम शोक की फिज़ा कायम हो जाना अभी चंद रोज़ कबल बेटी है जो दुल्हन थी उसका पोस्टमार्टम किया गया और जो माँ पर गुजरी माँ ने जिस तकलीफ का दोबारा से अपने आप को उस तकलीफ में महसूस किया कि जब इनकी बेटी का घुटनों से जब पोस्टमार्टम के लिए उनको एक उनके जिसम के अज़ा लिए जा रहे थे तो किस तकलीफ़ में थी इनकी जबानी जानते हैं और इन बच्चों की दोनों मियाँ बीवी की ਅਮਵਾਤ ਕਿਸ ਤਰ੍ਹਾਂ ਹੋਈ ਕਿ ਸਵਾਲੀਆ ਨਿਸ਼ਾਨ ਹੈ ਜਿਸ ਦਾ ਜਵਾਬ ਅਭੀ ਤੱਕ ਇਸ ਪੂਰੇ ਗਾਉਂ ਕੋ ਨਹੀਂ ਮਿਲ ਸਕਾ ਮਾਜੀ ਸ਼ਾਦੀ ਰਜ਼ਾਮੰਦੇ ਨਾਲ ਹੋਈ ਸਾਰਾ ਕੁਝ ਇਨਸ਼ਾਅੱਲਾ ਸਾਰੇ ਜੀ ਪੁੱਤਰ ਜਾਵਾਂ ਦਾ ਸਾਰਾ ਮੇਰਾ ਪਤਰੀਆ ਵੀ ਜਾਵੰਦ ਸੀ ਮੇਰੀ ਬੇਟੀ ਵੀ ਜਾਵੰਦ ਸੀ ਮੇਰੇ ਬੱਚੇ ਵੀ ਜਾਵੰਦ ਸੀ ਉਹਨਾਂ ਦਾ ਪੂਰਾ ਖਾਨਦਾਨ ਰਜ਼ਾਵੰਦ ਸੀ ਸਾਰਿਆਂ ਪੈਨਾ ਕੋਲ ਪੁੱਛ ਕੇ ਰਿਸ਼ਤਾ ਲਿਆ ਉਹਨੇ ਪੈਨ ਮੈਂ ਅੱਜ ਸ਼ਾਦੀ ਕਰਾਉਣ ਲੱਗਾ ਤੁਸੀਂ ਖੋਜੇ ਪੈਨਾ ਵੀ ਕਿਆ ਸੀ ਖੋਜ ਆ ਅੱਛਾ ਮੇਰਾ ਤਾਂ ਵੀਰ ਅੱਗੇ ਖੋਜ ਸੀ ਇਹ ਜੰਮ ਦੀ ਜਦਨ ਪੈਦਾ ਹੋਈ ਸੀ ਨਾ ਇਹਨਾਂ ਦੀ ਜਿਹੜੀ والدہ ਫੌਤ ਹੋ ਗਈ ਨਾ ਭਾਈ ਮੈਂ ਉਸ ਦਿਨ ਯਾਦ ਹੀ ਪਨਿਆ ਦੀ ਪਰਜਾਈ ਨੂੰ ਮੇਰੇ ਉਹਦੇ ਚਾਰ ਪੰਜ ਬੱਚੇ ਫੌਤ ਹੋ ਗਏ ਸੀ ਮੇਰੀ ਪਜਾਈ ਰੋਂਦੀ ਬੜਾ ਸੀ ਫਿਰ ਮੇਰੇ ਘਰੇ ਬੇਟੀ ਹੋਈ ਕਰ ਰਹੀ ਨਾ ਤੇ ਮੈਂ ਆਦੀ ਚੁੱਕ ਤੇ ਉਸੇ ਵੇਲੇ ਪਛਾਈ ਦੀ ਗੋਜ ਪਾ ਦਿੱਤੀ ਪਛਪੰਦ ਤੁਸੀਂ ਰਿਸ਼ਤਾ ਕਰਤਾ ਸੀ ਕਿ ਆਏ ਬੇਟੀ ਤੁਹਾਡੀ ਹੈ ਨੇ ਉਹਨੇ ਕਿਹਾ ਅਸੀਂ ਆਖਾ ਲੈ ਲਾਉਣਾ ਆਖਾ ਮੈਂ ਵੜੀ ਲਾਣੀ ਮੈਂ ਪੱਕੀ ਪੱਕੀ ਤੀ ਬਣਾਵਣੀ ਹੈ ਮੈਂ ਆਖਾ ਤਰਨ ਸ਼ਕੀਲਾ ਤੂੰ ਪੱਕੀ ਪੱਕੀ ਬਣਾ ਲੈ ਇੱਕ ਸਾਡਾ ਮੰਤਰਾ ਪਤਰੀਆ ਸੀ ਹਾਂ ਹਾਂ ਬੜੀਆਂ ਖੁਸ਼ੀਆਂ ਸਾਡਾ ਪਤਰੀਆ ਸੀ ਬੜੀਆਂ ਮੰਤਾਂ ਦਾ ਪੰਜ ਚਾਰ ਬੱਚੇ ਮੇਰੇ ਪਜਾਈ ਦੇ 6 ਬੱਚੇ ਫੌਤ ਹੋ ਗਾ ਤੇ ਅੱਲਾ ਮੀਆਂ ਦਾ ਇੱਕ ਬੱਚਾ ਮਗਰ ਲੱਗਾ ਮੈਂ ਕਿਹਾ ਸਾਨੂੰ ਉਹਨਾਂ ਸ਼ਾਦੀ ਅੱਗੇ ਕੀ ਆਲੀ ਹੈ ਮੇਰਾ ਪਿਆ ਆਇਆ ਉਹਨੇ ਕਿਹਾ ਯੇ ਵੀ ਕੀ ਗੱਲ ਹੈ ਅਕਾ ਕਛਕੀ ਲਾਈ ਨਾ ਫਿਰ ਕੀ ਆ ਸਾਨੂੰ ਨਾ ਖਿਆਛ ਗਾੜੀ ਚੰਗੀ ਹੈ ਮੈਂ ਖੁਸ਼ ਆ ਦੇ ਦਿੱਤਾ 4 ਮਹੀਨੇ ਦੀ ਮੇਰੀ ਬੱਚੀ ਹੋਈ ਹੈ ਮੇਰੀ ਪਰਜਾਈ ਜੜੀ ਨਾ ਉਹ ਫੌਤ ਹੋ ਗਈ ਉਹਦਾ ਲਾਹੌਰ ਐਕਸੀਡੈਂਟ ਆ ਤੋ ਫੌਤ ਹੋ ਗਈ ਅੱਛਾ ਬਾਤ ਹੈ ਛੋਟੇ ਛੋਟੇ ਬੱਚੇ ਸੀ ਚੁੱਪ ਚੁੱਪ ਘੋਟ ਕਾ ਕੇ ਲਗੇ ਫਿਰੇ ਮੁੰਡੇ ਸਾਰੇ ਬੱਚੇ ਜਵਾਨ ਹੋਏ ਨੇ ਸ਼ਹੀਦੀ ਪਾੜ ਦੀ ਰਹੀ ਹੈ ਪਾੜ ਪੂੜ ਕੇ ਜਿਉਂ ਕੰਬਲ ਹੋਈ ਹੈ ਮੇਰਾ ਪਤੀ ਜ ਵੀ ਜਵਾਨ ਹੋਇਆ ਹੈ ਹੁਣ ਮੇਰੇ ਭਰਾਵਾਂ ਨੇ ਮੇਰੇ ਪਤੀਗੇ ਨੇ ਆ ਆਖਿਆ ਆਪੂ ਆਦੇ ਆਪੂ ਨੂੰ ਆਪਦੇ ਤਾਇ ਨੂੰ ਅੱਬੂ ਮੇਰੇ ਨੂੰ ਸ਼ਾਦੀ ਕਰ ਦਿਓ ਮੇਰੇ ਨਾਲ ਦਾ ਕੋ ਦੋ ਤਿੰਨ ਤਨ ਬਾੜ ਲੈ ਤੇ ਮੇਰੀ ਵੀ ਸ਼ਾਦੀ ਕਰੋ ਉਹਦੀ ਪੈ ਗਿਨਾ ਸ਼ਾਦੀ ਕਰਨ ਲੱਗੀ ਚਾਚਾ ਨੂੰ ਚਾਚੇ ਨੂੰ ਲਿਆਇਆ ਐ ਤਾ ਇਹਨੂੰ ਲਿਆਇਆ ਐ ਪੈਨਾ ਨੂੰ ਲਿਆਇਆ ਐ ਲਿਆ ਕੇ ਸਾਰਿਆਂ ਦੇ ਵਿੱਚ ਬੈ ਕੇ ਮੈਨੂੰ ਤਕਾਰ ਮੇਰਾ ਵਿਆਹ ਕਰ ਦਿਓ ਉਹਨੇ ਮੇਰਾ ਵਿਆਹ ਤੁਸੀਂ ਇਹਦੇ ਨਾਲ ਹੀ ਕਰ ਦਿਓ ਫੇਰ ਮੇਰਾ ਅੱਬੂ ਮਾੜਾ ਗਰੀਬ ਕਰਾਂ ਅਸੀਂ ਖਰੇ ਮੇਰਾ ਕਦੋਂ ਫੇਰ ਬਬਾ ਮੈਂ ਵਿਆਹ ਕਰਾਉਣਾ ਮੈਂ ਕਹਾਂ ਸੀ ਅੱਜ ਸੇ ਮਹੀਨੇ ਅਸੀਂ ਵਿਆਹ ਕਰਨਾ ਸੀ ਅੱਜ ਮਹੀਨੇ ਚ ਅੱਛਾ ਉਹ ਮੇਰਾ ਭਤੀਜਾ ਕਾਲਾ ਪੈਨ ਲਾ ਪਿਆ ਮੇਰਾ ਭਾਈ ਵੀ ਕਾਲਾ ਪੈਨ ਲੱਗ ਪਿਆ ਮਾ ਕਾ ਲੈਸ ਬਹੁਤ ਜ਼ਿਕਰ ਜਲਦੀ ਦਿਖਾ ਚਾਦੀ ਵਾਲੀ ਹਾਂ ਉਹਦੇ ਪੈਰ ਤੇ ਨਾਲ ਉਹਦੇ ਪੈਰ ਦੀ ਗੰਧ ਪਈ ਸੀ ਨਾ ਉਹਦੇ ਨਾਲ ਹੀ ਪੁੱਤ ਜਨਮ ਕਰਾ ਕਰ ਦਿੱਤੇ ਬਿਲਕੁਲ ਹਮਸਾਇਤੇਗੇ ਨ ਜੀ ਜੀ ਹਾਂ ਇੱਕ ਅ ਮੇਰੇ ਸਾਕੇ ਅਗਲੀ ਵੇਲੀ ਮੇਰੇ ਮਾਪਿਆਂ ਦੀ ਮੇਰਾ ਭਾਈ ਹੈ ਛੋਟਾ ਮੇਰੇ ਤੋਂ ਹਾਂ ਬੜਾ ਸੀ ਤੁਹਾਡਾ ਜਿਹੜਾ ਦਮਾਸ ਵੀ ਮਾਸ਼ਾਅੱਲਾ ਖੂਬਸੂਰਤ ਗੱਬਰ ਜਵਾਨ ਮਾਸ਼ਾਅੱਲਾ ਬੇਟੀ ਵੀ ਮਾਸ਼ਾਅੱਲਾ ਨਹੀਂ ਖੂਬਸੂਰਤ ਸੋਣੀ ਮੇਰੀ ਬੇਟੀ ਸੀ ਉਹਦਾ ਸੋਣਾ ਮੇਰਾ ਪੁੱਤ ਲਗਾ ਸੀ ਐਵੇਂ ਜਿਵੇਂ ਚਾਹ ਦੀ ਮਰਾ ਦਾ ਚੰਨ ਹੁੰਦਾ ਮੈਨੂੰ ਤਾਂ ਜ਼ਿੰਦਗੀ ਜਿਹੜਾ ਦਸਣਾ ਕੋਣੀ ਪਤਾ ਮੇਰੀ ਧੀ ਮਰ ਗਈ ਮੈਂ ਖਰੇ ਉਹ ਦੁੱਖ ਮੇਥੋਂ ਆ ਦੇ ਪ੍ਰਗਿਆ ਦੋਖਣੀ ਪਾਇਆ ਜਾਂਦਾ ਅਸੀਂ ਬੜੀਆਂ ਮੰਤਾਂ ਦੇ ਪੁੱਤਰ ਲਿਆ ਸੀ ਤਿੰਨ ਚਾਰ ਭਾਈ ਹੁੰਦੇ ਫੌਤ ਹੋ ਗਏ ਸੀ ਚਾਰ ਪੰਜ ਭੈਣਾਂ ਫੌਤ ਹੋ ਗਈਆਂ ਸੀ ਅੱਲਾ ਨੇ ਦਿੱਤਾ ਬੜੀਆਂ ਖੁਸ਼ੀਆਂ ਨਾਲ ਮੇਰਾ ਤਾਂ ਪਿਓ ਇਹਨੂੰ ਥੱਲੇ ਟੁਰ ਨਹੀਂ ਦਿੰਦਾ ਹੁੰਦਾ ਸੀ ਉਹਦੀ ਮਾਂ ਐਡਾ ਵੜੋ ਗਿਆ ਚੁੱਕ ਦੇ ਕੁੱਚਾ ਲਈ ਫਿਰਦੀ ਹੁੰਦੀ ਸੀ ਐਸੀ ਮੇਰਾ ਪੁੱਤ ਥੱਲੇ ਨਾ ਟੁਰੇ ਮੇਰੇ ਪੁੱਤਰ ਦੇ ਪੈਰਾਂ 'ਤੇ ਮਿੱਟੀ ਲੱਗ ਜਾਏ ਜੀ ਜਿਹੜੀਆਂ ਖੁਸ਼ੀਆਂ ਸਾਡਾ ਪੁੱਤ ਸੀ ਜਵਾਨ ਹੋਆ ਬੜੀਆਂ ਖੁਸ਼ੀਆਂ ਨਾਲ ਜਵਾਨ ਹੋਆ ਹੈ ਬੜਾ ਚਾਹਵਾਂ ਨਾਲ ਜਵਾਨ ਹੋਆ ਹੈ ਸਾਨੂੰ ਉਹਦਾ ਜਵਾਨ ਹੋਈ ਦੀ ਖੁਸ਼ੀ ਪਰ ਉਹਦਾ ਕਾਰੋਬਾਰ ਕਰਦਾ ਸੀ ਸੋਹਣਾ ਸੀ ਨੇਕ ਸੀ ਨਹੀਂ ਸਿਕਟ ਪੀਣੀ ਨਹੀਂ ਕਿਸੇ ਬੁਰੇ ਬੰਦੇ ਕੋਲ ਬਹਿਣਾ ਨਹੀਂ ਗਲਤ ਕੰਮ ਕਰਨਾ ਜਦੋਂ ਹਰ ਕੰਮ ਸੋਹਣਾ ਕਰਦਾ ਸੀ ਤੇ ਬੇਟੇ ਤੁਹਾਡੇ ਦਮਾਦੀ ਦੀ ਡੈਥ ਹੋ ਗਈ ਦਫਨਾ ਦਿੱਤਾ ਉਸ ਦਿਨ ਪੋਸਟਮਾਰਟਮ ਮਾਇਦੇ ਪਤਾ ਚੱਲੇ ਕਿ ਜਦੋਂ ਅਜ਼ਾਦ ਜਿਸਮ ਦੇ ਨਿਕਾਰੇ ਤਕਲੀਫ ਤਾਂ ਉਹ ਵੀ ਹੋ ਰਹੀ ਸੀ ਕੀ ਹੋ ਰਿਹਾ ਸੀ ਉਹ ਤੋਂ ਅੱਗੇ ਹੀ ਦੋ ਦਿਨ ਤਕਲੀਫ ਹੋ ਰਹੀ ਸੀ ਮੈਨੂੰ ਨਾ 4 ਤਰੀਕ ਨੂੰ ਕਬਰ ਕਸ਼ਾਈ ਹੋਈ ਹੈ ਬੈਲੀ ਵਾਲਾ ਦਿਨ ਮੈਂ ਸਰਗੀ ਵੇਲੇ ਉੱਠੀ ਆ ਨਾ ਜਾਨ ਵੇਲੇ ਔਰ ਤੇ ਮਨਮਾਸ ਬਣ ਲੱਗੀ ਮਨਮਾਸ ਪਾਣ ਲਈ ਪਈ ਆ ਮੈਨੂੰ ਆ ਇੱਥੇ ਆ ਦਰਦ ਹੋਈ ਗੀ ਮੇਰੇ ਦਿਲ ਤੇ ਇੱਥੇ ਮੈਨੂੰ ਆ ਦਰਦ ਹੋਈ ਏ ਮੇਰੀ ਆ ਕਮਰ ਦੀ ਰੀੜ ਦੀ ਹੱਡੀ ਏ ਮੈਨੂੰ ਇੰਨੀ ਥਾਂ ਤੋਂ ਮੈਨੂੰ ਦਰਦ ਹੋਈ ਏ ਬੜੀ ਦਰਦ ਹੋਈ ਏ ਨਾ ਜੇ ਮੈਂ ਜ਼ਖਮ ਹੋਏ ਜੇ ਮੈਂ ਫਿਰ ਸਿਣਾਂ ਉਹਦੇ ਗੈਨੇ ਕੋਈ ਜਦੋਂ ਸੀਦੇ ਕੋ ਉੱਤਲਾ ਹਾਲੇ ਤੇ ਕਿੰਨੀ ਤਕਲੀਫ ਹੁੰਦੀ ਏ ਹਾਂ ਹਾਂ ਮੇਰੀ ਬੇਟੀ ਨੇ ਮੈਨੂੰ ਫੋਨ ਕੀਤਾ ਆਂਦੀ ਏ ਮਮਾ ਕੀ ਕਾਰਨ ਹੈ ਮੈਂ ਕਿਹਾ ਪੁੱਤਰ ਮੈਂ ਨਮਾਜ਼ ਪੜ੍ਹੀ ਤੇ ਮੈਨੂੰ ਤਕਲੀਫ ਬੜੀ ਹੁੰਦੀ ਹੈ ਪੰਜਾਹ ਜੀ ਕੀ ਅੰਮੀ ਹੁੰਦਾ ਹੈ ਮੈਂ ਕਿਹਾ ਪਤਾ ਨਹੀਂ ਮੇਰੀ ਰੀਲ ਦੀ ਹੱਡੀ ਦਰਦ ਕਰਦੀ ਹੈ ਮੇਰੇ ਦਿਲ ਤੋਂ ਦਰਦ ਹੁੰਦੀ ਹੈ ਮੇਰੇ ਗਲੇ ਤੋਂ ਦਰਦ ਹੁੰਦੀ ਹੈ ਮੇਰੇ ਕਾ ਨਾ ਆ ਲੱਤਾਂ ਤੇ ਦਰਦ ਹੁੰਦੀ ਹੈ ਅੱਛਾ ਅੰਮੀ ਟੀਕਾ ਲਵਾ ਮੈਂ ਕਿਹਾ ਠੀਕ ਹੈ ਮੈਂ ਡਾਕਟਰ ਤੇ ਗਈ ਮੈਂ ਟੀਕਾ ਲਵਾਇਆ ਮੈਨੂੰ ਕੋਈ ਆਰਾਮ ਨਹੀਂ ਆਇਆ ਯਾਨੀ ਕਬਰ ਕਸ਼ਾਈ ਹੋਈ ਹੋਰ ਰਾਤ ਵਿੱਚ ਸਾਰੀ ਰਾਤ ਪੁੱਤਰੀ ਨੀਂਦ ਨਹੀਂ ਆਈ ਸਾਰੀ ਰਾਤ ਦੋਨੇ ਜੀ ਰੋਂਦੇ ਨਾ ਉਹ ਬਈ ਸਾਰੀ ਜ਼ਾਤ ਰੋਂਦੇ ਰਹਾ ਜਿਵੇਂ ਜਿਵੇਂ ਮੇਰੇ ਤੀਨ ਨਾਲ ਹੋਈ ਨਾ ਮੈਨੂੰ ਭਾਇਆ ਨਹੀਂ ਨੇ ਮੈਨੂੰ ਪੁੱਛ ਲਾ ਮੇਰੇ ਤੀਦੇ ਕਿਹੜੇ ਕਿਹੜੇ ਸਿਹਤ ਤਕਲੀਫ ਹੋਈ ਮੈਨੂੰ ਸਾਰਾ ਪਤਾ ਮੈਨੂੰ ਕਿ ਇੱਕ 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 ਗੱਲ ਪੁੱਛ ਲਾ ਮੈਨੂੰ ਮੈਨੂੰ ਸਾਰਾ ਹੀ ਪਤਾ ਮੈਨੂੰ ਤੀਨ ਨੂੰ ਕਿੱਥੇ ਕਿੱਥੇ ਤਕਲੀਫ ਕੀ ਹੋ ਰਿਆ ਸੀ ਤੁਹਾਨੂੰ ਗੁੱਟਨਿਆਂ ਤੇ ਮੈਂ ਤੀਦੇ ਗੁਰਦੇ ਕਾਢ ਕੇ ਲਿਆ ਗਾਂ ਮੇਰੇ ਤੀਦੇ ਆ ਆਹ ਅਖਰੀ ਜੱਡੇ ਕਣਕ ਲਗਾਏ ਨੇ ਮੇਰੀ ਤੀ ਆ ਮੈਨੂੰ ਆ ਆ ਮੈਨੂੰ ਆ ਦਰਦ ਹੋਈਆਂ ਅੱਖਣਾਂ ਤੇ ਵੀ ਆ ਮੈਨੂੰ ਆ ਦਰਦ ਲੱਖਣਾਂ ਵੀ ਲੈ ਕੇ ਮੈਨੂੰ 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 ਮੈਂ ਕੁਝ ਅੱਖਾਂ ਨਹੀਂ ਦੇ ਮੈਨੂੰ ਤਕਲੀਫ ਹੋਈ ਹੈ ਮੈਂ ਕਿ ਮੇਰੀ ਤੀ ਨੂੰ ਆ ਸਿਆ ਸਿੱਚ ਦਰਦਾਂ ਹੋਈਆਂ ਨੇ ਇਹ ਜਿਹੜਾ ਮੈਸੇਜ ਆਇਆ ਹੈ ਫੋਨ ਤੇ ਇਹ ਬੜੀ ਇੱਕ ਇੱਕ ਮੈਂ ਮੈਨਾਂ ਹੀ ਮਬੈਦ ਉੱਪਰ ਮੈਂ ਦਿਖਾ ਦੇਣੀ ਆ ਮੇਰੇ ਕੋਲ ਹੈ ਮੈਂ ਨਾ ਇੱਕ ਸਿਰਫ ਯਸ ਕਰ ਸਕਣੀ ਉਹ ਵੀ ਮੇਰੇ ਬੱਚਿਆਂ ਨੇ ਮੈਨੂੰ ਸਿਖਾਇਆ ਵੀ ਮਾਂ ਤੈਨੂੰ ਸਿਰਫ ਫੋਨ ਕਰਨੇ ਆ ਮੈਨੂੰ ਵਾਲ ਨਹੀਂ ਆਉਂਦਾ ਮੈਂ ਫੋਨ ਆਉਣਾ ਪਝਾਈ ਫਿਰਨਾ ਲਫਲਾਣਾ ਫੜੀ ਪਿਆ ਕੀ ਕਰਦਾ ਮੋਬਾਈਲ ਬੋਲਦਾ ਉਹਨਾਂ ਬਟਨ ਨਪੜਾਂ ਤੇ ਮੇਰੇ ਕੰਨਾਂ 'ਚ ਲਾ ਦੇ ਨਾ ਗੋ ਮੇਰੇ ਬੱਚਿਆਂ ਨੇ ਬੋਲਣਾ ਤੇ ਬਾਤ ਹੈ ਨਾ ਮੇਰੀ ਧੀ ਨੂੰ ਮੇਰੇ ਮੋਬਾਈਲ ਤੋਂ ਗਿਆ ਹੈ ਮੈਂ ਮੈਸੇਜ ਗਿਆ ਹਾਂ ਮੈਂ ਤਾਂ ਪੁੱਤ ਯਸ ਨਹੀਂ ਕਰ ਸਕਦੀ ਨਾ ਮੈਂ ਮੈਨੂੰ ਪਤਾ ਹੀ ਹੈ ਮੈਨੂੰ ਮੱਥੇ ਕਿਹੜਾ ਮਰਜੀ ਮੋਬਾਈਲ ਫੜਾ ਦੇ ਮੈਂ ਨਹੀਂ ਯਸ ਕਰ ਸਕਦੀ ਉਹ ਸੋ ਕੋ ਮੈਨੂੰ ਦੱਸਿਆ ਵੀ ਆਹ ਰਿਆ ਬਟਨ ਮੈਂ ਨਾ ਫੜਾਈ ਜਦ ਬੋਲੇ ਤਾਂ ਨਾ ਤੂੰ ਰਿਆ ਬਟਨ ਕੀ ਮੈਸੇਜ ਕੀ ਗਿਆ ਸੀ ਆਇਆ ਇੱਕ ਦਿਨ ਹਾਰ ਹਾਰ ਵੀ ਹਾਰ ਜਿਸ ਦਿਨ ਜਿਸ ਆਪਾਂ ਨਾ ਕਰੋ ਕਿ ਸਹੀ ਕਰਾਉਂ ਨਹੀਂ ਸਨਾ ਚਾਰ ਤਰੀਕ ਨੂੰ ਨਹੀਂ ਹੋਈ ਨਹੀਂ ਪਹਿਲਾ ਚਾਰ ਤਰੀਕ ਨੂੰ ਤਾਂ ਆਇਆ ਵੀ ਹਾਰ ਇੱਕ ਦਿਨ ਜੀਤ ਹੋਵੇਗੀ ਅੱਛਾ ਇਹ ਮੈਸੇਜ ਤੁਹਾਡੇ ਬੱਚੀ ਦੇ ਨੰਬਰ ਮੈਂ ਤਾਂ ਮੇਰੀ ਬੱਚੀ ਨੂੰ ਗਿਆ ਮੇਰੇ ਕੋਲੋਂ ਸੈਂਡ ਨਹੀਂ ਹੋਇਆ ਤੇ ਨੰਬਰ ਮੇਰਾ ਹੈ ਅੱਛਾ ਤੁਸੀਂ ਕੀਤਾ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਮੈਂ ਨਾ ਕੋ ਮੇਰੇ ਘਰ ਚਲਾ ਕੋ ਕਰ ਸਕਦਾ ਨਾ ਮੇਰੇ ਘਰ ਚੁੱਕ ਪੜਿਆ ਲਿਖਿਆ ਮੇਰੇ ਬੱਚੇ ਕਰ ਲੈਂਦੇ ਨੇ ਉਹ ਪਰਦੇਸਾਂ ਚ ਰਹਿੰਦੇ ਨੇ ਆ ਪੁੱਤਾ ਬਾਲੀ ਬੱਚਦਾ ਨੇ ਆ ਮੇਰੇ ਨੋ ਇਹ ਆ ਦੇ ਘਰ ਵਾਲੀ ਏ ਨਾ ਉਹ ਪੜੀ ਏ ਨਾ ਉਹ ਲਿਖੀ ਮੈਂ ਕਹਾਂ ਆਪੇ ਉਹਦੀ ਪੈਰ ਨਹੀਂ ਕੀਤਾ ਏ ਉਹਨੂੰ ਇਹਨਾਂ ਪਤਾ ਹੀ ਨਹੀਂ ਉਹ ਮੈਸੇਜ ਕਰ ਨਹੀਂ ਸਕਦੇ ਫੋਨ ਕਰ ਸਕਦੀ ਨੰਬਰ ਮਿਲਾ ਸਕਦੀ ਪਰ ਮੈਸੇਜ ਨਹੀਂ ਕਰ ਸਕਦੀ ਤੇ ਮੈਨੂੰ ਤਾਂ ਅਸਲਾ ਹੀ ਨਹੀਂ ਨਾ ਪਤਾ ਮੈਸਜ ਤੇ ਕਿਆ ਕੋਈ ਗਾਲ ਨਹੀਂ ਹਾਰ ਹਾਰ ਇੱਕ ਜੀਤ ਹੈ ਬੇ ਜੀਤ ਹੈ ਮੇਰੇ ਬੇਟੀ ਨੇ ਮਨੋਸੇ ਵੇਲੇ ਫੋਨ ਕੀਤਾ ਅੰਮੀ ਮੈਸਜ ਕੀਤਾ ਹੈ ਹਾ ਬੇਟਾ ਮੈਨੂੰ ਕਿਤੇ ਵਾਲਾ ਦਾ ਮੈਸਜ ਮੈਨੂੰ ਸਿੱਧਕ ਜਨਨ ਤੇ ਕਿਆ ਸਰੀ ਹੁੰਦਾ ਕਰੀ ਮੈਂ ਕੋਈ ਬਟਨ ਨਾ ਪਰ ਬੇਨੀ ਫੇਰ ਮੈਨੂੰ ਨਿਸ਼ਾਨ ਲੱਗਦਾ ਅੰਮੀ ਐਂਹਦੇ ਤੇ ਬਟਨ ਨਾਲ ਉਂਗਲੀ ਲਪਕੇ ਦਾ ਕਰਨਾ ਹੈ ਅੰਗੂਠੇ ਨਾਲ ਨਾ ਪੜਾਦੀ ਬੇਟੀ ਵੀ ਪਰੇਸ਼ਾਨ ਹੋ ਗਈ ਹੋਣੀ ਕਿ ਮੈਸਜ ਕਿਸ ਤਰ੍ਹਾਂ ਆ ਗਿਆ ਕਿਸ ਤਰ੍ਹਾਂ ਆਇਆ ਸਰ ਕੀ ਵੇਲੇ ਮੈਸਜ ਗਿਆ ਜ਼ਾਨ ਤੋਂ ਜ਼ਾਨ ਤੋਂ 10 ਉਹਦਰ ਪੋਸਟਮਾਰਟਮ ਹੋਣਾ ਸੀ ਨਹੀਂ ਉਹਦਰ ਜਿਹੜਾ ਉਹਨਾ ਸੀ ਤੇ ਨਹੀਂ ਵਾ ਅੱਛਾ 26 ਤਰੀਕ ਨੂੰ 26 ਤਰੀਕ ਨੂੰ ਹੁਣ ਆਂਦੀ 26 ਨੂੰ ਨੂੰ ਆਇਆ ਤੇ 26 27 ਨੂੰ 26 ਅੱਜ ਦੇ ਨਾਲ ਰਾਤ ਮੈਨੂੰ ਇਹ ਇਹ ਮੈਚ ਦੇ ਮੇਰੀ ਬੇਟੀ ਨੂੰ ਗਿਆ ਫਿਰ ਉਸ ਤੋਂ ਬਾਅਦ ਜੁਮਾ ਆਇਆ ਹੈ ਮੇਰੀ ਧੀ ਦਾ ਉਹ ਸੇਮ ਮੇਰੇ ਜਵਾਈ ਨੇ ਪਾ ਲਈ ਉਹ ਮੇਰੀ ਧੀ ਵਾਲੀ ਅੱਛਾ ਉਹਨੂੰ ਹੋਰ ਆਪਦੀ ਪਾ ਦਿੱਤੀ ਉਹਦੇ ਤੇ ਜੁਮਾ ਪਾੜ ਕੇ ਬਾਹਰ ਇਕਲਾ ਤਾਂ ਮੈਂ ਫੋਨ ਕੀਤਾ ਪੈਸੇ ਕੀਤਾ ਹੀ ਮੇਰਾ ਜਾਈ ਯਾਦਾ ਮੈਂ ਕਰ ਨਹੀਂ ਪੁੱਤਲ ਮੈਨੂੰ ਕਿਤੇ ਵਾਲਾਂ ਦਾ ਮੈਸੇਜ ਕਰਦਾ ਮੈਂ ਕਿ ਅਮੀ ਤਾਂ ਵਾਲ ਨਹੀਂ ਆਂਦਾ ਅਮੀ ਸੰਮਨ ਵਾਲੇ ਨੰਬਰ ਤੋਂ ਆਇਆ ਮੇਰੀ ਚੀਜ਼ਾਂ ਨਾ ਸ਼ਿਜਾਦੀ ਹੂੰ ਤਾਂ ਲਾੜਨਾ ਭਰਾ ਵੀ ਸੰਮਨ ਸੰਮਣਾ ਦੇ ਸੀ ਲਾੜਾ ਦਾ ਨਾਂ ਕਿਹੜਾ ਮੰਜੀ ਰੱਖ ਲੈਂਦੇ ਆਂਦਾ ਅਮੀ ਸਾਨੂੰ ਜੁਮੇ ਆਦਿ ਨੇ ਵੀ ਆ ਫੋਨ ਆਇਆ ਹੈ ਜਾਂ ਮੈਸੇਜ ਆਇਆ ਹੈ ਬਿਹਾਰ ਹਾਰ ਇੱਕ ਜੀਤ ਹੈ ਤੇ ਅਮੀ ਸੰਮਨ ਤੋਂ ਭਰਾ ਇਹਦਾ ਬੈਸ ਤੇ ਨਿਕੋ ਕਰ ਸਕਦਾ ਉਹ ਪੜੀ ਲਿਖੀ ਸੀ ਉਹ ਕਰ ਲੈਂਦੀ ਸੀ ਪਰ ਇਹ ਹੋਇਆ ਤੇ ਨਹੀਂ ਨਾ ਕਰਦੀ ਹੁੰਦੀ ਸੀ ਆਖਣਾ ਮੇਰੀ ਆਪੀ ਪਿਆਰੀ ਇਸ ਤਰ੍ਹਾਂ ਪੈਣਾ ਨੂੰ ਕਰਨਾ ਵੀਰਾਂ ਨੂੰ ਕਰਨਾ ਤੇ ਬੇਟਾ ਇਹ ਮੈਮੀ ਮੈਂ ਜਸ ਆ ਮੈਂ ਕਿਹਾ ਪੁੱਤਰ ਮੇਰੇ ਕੋਲ ਮੋਬਾਈਲ ਮੈਂ ਕਿਹਾ ਤੈਨੂੰ ਫੜਾਇਆ ਨਹੀਂ ਸਾਰ ਦਿਹਾੜੀ ਮੈਂ ਸਾਡੇ ਪੇਟੀ ਰਾਛਾ ਨੇ ਕੋਲ ਮੈਂ ਬਹਿ ਰਹਿਨੀ ਆ ਤੇ ਕੋ ਫੜੇ ਤੇ ਮੈਂ ਕਿਹਾ ਤੈਨੂੰ ਅੱਖਾਂ ਨਾਲ ਫਲਾਣੇ ਨੇ ਫੜਿਆ ਉਹਨੇ ਕੀਤਾ ਹੋਵੇ ਤਾਂ ਬੜਾ ਪਰੇਸ਼ਾਨ ਦੋ ਵਾਰੀ ਆਇਆ ਹਾਰ ਇੱਕ ਜੀਤ ਹੈ ਓਏ ਓਏ ਵੀ ਜੀਤ ਜ਼ਰੂਰ ਹੈ ਜਿੱਤਾਂ ਦੇ ਜ਼ਰੂਰ ਹੈ ਇੱਕ ਤਾਂ ਇਹ ਦੁੱਖ ਨਹੀਂ ਪੈਣਦਾ ਇੱਕ ਹੁਣ ਇਹ ਦੁੱਖ ਦੇ ਅਜੇ ਮੇਰੇ ਤੀਨ ਨੂੰ ਮਨ ਮੈਂ ਕਬ ਕਸਾਈ ਹੋਈ ਨਾ ਇਹ ਤਾਂ ਬੱਚਾ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਨੂੰ ਕਿੰਨੀਆਂ ਕੋ ਤਕਲੀਫਾਂ ਨੇ ਅਗੇ ਤੂੰ ਤੇ ਮੇਰੇ ਦਰਦ ਨਹੀਂ ਜਾਣਦੀ ਨਾ ਦਰਦ ਜਾਣਦੀ ਨਾ ਉਹ ਦਿੰਦੀ ਨਹੀਂ ਦੀ ਆਦੀ ਇੱਕ ਮਿੰਟ ਲਈ ਨਾ ਸਾਰੀ ਰਾਤ ਨਾ ਕਦੇ ਅੱਖਾਂ ਤੇ ਕਪੜਾ ਪਾਣ ਲਾਦੀ ਕਦੀ ਉੱਠ ਕੇ ਪੈਰਾਂ ਦੀ ਰੂਸ਼ੀ ਨਹੀਂ ਪਾਣ ਲਾ ਪਾਦੀ ਕੁਛ ਨਹੀਂ ਪਾਣ ਲਾ ਪਾਦੀ ਦੀ ਦੀ ਜਾਵਾ ਦੇ ਇੱਕ ਮਿੰਟ ਦੀ ਬੈਣ ਦਿੰਦੀ ये माँ जी शहजादी की, की शहजादी की माँ जी जो इस वक्त बड़ी परेशानी और कैफियत में है और एक ही पुकार एक ही रिक्वेस्ट की अगर पोस्टमार्टम जो किया गया है जो होने जा रहा है और रिपोर्ट इनको दी जाए बताया जाए कि ऐसा लगाई थी क्या किस तरह इनकी बेटी की और इनके दमाद की डेथ हुई एक मम्मा एक सवालिया निशान इस पूरे गाँव के लिए है क्योंकि इस पूरे गाँव में एक सौ की फ़िज़ा है कि किस तरह शादी की पहली रात ही दोनों में बी भी, भी जा इनकी डेथ हो सकती है अगर जनरेटर की बात की जनरेटर तो कहीं बाहर पड़ा हुआ था कमरे में कुछ था ही नहीं लेकिन फिर आखिर किस तरह और दरवाजे के अंदर से कुंडी भी खुली रहने देना ये भी एक बहुत बड़ा सवाल यह निशान है अपने मेज़बान को इजाज़त दीजिए अल्लाह